ਐਸਆਈ ਦੇ ਨਾਲ ਲੁਧਿਆਣਾ ਦੇ ਡਿਵੀਜ਼ਨ ਨੰਬਰ 7 ਦੇ ਏਰੀਏ ਦੇ ਵਿੱਚ ਹੋਈ ਲੁੱਟਖੋਟ। ਦੇਰ ਰਾਤ ਬਦਮਾਸ਼ਾਂ ਨੇ ਉਸਨੂੰ ਘੇਰਾ ਪਾ ਲਿਆ, ਏਐਸਆਈ ਨੂੰ ਆਪਣਾ ਨਿਸ਼ਾਨਾ ਬਣਾਇਆ ਕਿ ਕੁੱਟਮਾਰ ਵੀ ਕੀਤੀ ਗਈ ਅਤੇ ਉਹਦੇ ਕੋਲੋਂ ਲੁੱਟ ਖੋਹ ਵੀ ਆ ਜਿਹੜੀ ਆ ਉਹ ਕੀਤੀ ਗਈ ਹੈ। ਦਾ ਸਮਰ ਨਿਊਜ਼ ਦੇਖ ਰਹੇ ਹੋ ਤੁਸੀਂ, ਮੈਂ ਹਾਂ ਸੌਰਵ ਅਰੋੜਾ। ਦੇਰ ਰਾਤ ਰਿਟਾਇਰ ਏਐਸਆਈ ਦੇ ਨਾਲ ਲੁਧਿਆਣਾ ਦੇ ਡਿਵੀਜ਼ਨ ਨੰਬਰ 7 ਦੇ ਏਰੀਏ ਦੇ ਵਿੱਚ ਹੋਈ ਲੁੱਟਖੋ, ਤਸਵੀਰਾਂ ਦੇਖ ਸਕਦੇ ਹੋ ਲੁਧਿਆਣਾ ਦੇ ਡਿਵੀਜ਼ਨ ਨੰਬਰ 7 ਇਲਾਕੇ ਦੀਆਂ, ਜਿੱਥੇ ਕਿ ਦੱਸਿਆ ਜਾ ਰਿਹਾ ਕਿ ਦੇਰ ਰਾਤ ਏਐਸਆਈ ਸ਼੍ਰੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਜਦੋਂ ਆਪਣੇ ਘਰ ਵੱਲ ਜਾ ਰਿਹਾ ਸੀ ਅਤੇ ਦੇਰ ਰਾਤ ਬਦਮਾਸ਼ਾਂ ਨੇ ਉਸਨੂੰ ਘੇਰਾ ਪਾ ਲਿਆ, ਘੇਰਾ ਪਾ ਕੇ ਰਿਟਾਇਰ ਏਐਸਆਈ ਨੂੰ ਆਪਣਾ ਨਿਸ਼ਾਨਾ ਬਣਾਇਆ, ਜਿਸ ਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਕਿ ਕੁੱਟਮਾਰ ਵੀ ਕੀਤੀ ਗਈ ਅਤੇ ਉਹਦੇ ਕੋਲੋਂ ਲੁੱਟ ਖੋਹ ਵੀ ਆ ਜਿਹੜੀ ਆ ਉਹ ਕੀਤੀ ਗਈ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਕਿ ਦੇਰ ਰਾਤ ਤਕਰੀਬਨ 1 ਤੋਂ 1:30 ਵਜੇ ਦਾ ਟਾਈਮ ਸੀ ਜਦੋਂ ਰਿਟਾਇਰ ਏਐਸਆਈ ਜਿਹੜਾ ਕੀ ਹੈ ਕਮਿਸ਼ਨਰ ਦਫ਼ਤਰ ਜਿਹੜੇ ਆ ਕੰਮ ਕਰਦੇ ਸੀਗੇ ਅਤੇ ਪਿਛਲੇ 2 ਮਹੀਨੇ ਪਹਿਲੇ ਰਿਟਾਇਰ ਹੋਏ ਆ, ਅਤੇ ਜਦੋਂ ਆਪਣੇ ਘਰ ਵੱਲ ਜਾ ਰਹੇ ਸੀ ਅਤੇ ਰਸਤੇ ਦੇ ਵਿੱਚ ਬਦਮਾਸ਼ਾਂ ਨੇ ਰਿਟਾਇਰ ਏਐਸਆਈ ਨੂੰ ਘੇਰ ਕੇ ਕੁੱਟਿਆ ਅਤੇ ਉਸ ਤੋਂ ਬਾਅਦ ਉਹਦੇ ਨਾਲ ਲੁੱਟਖੋ ਕੀਤੀ, ਪੈਸੇ ਖੋਏ। ਅਤੇ ਇਹ ਵੀ ਦੱਸਿਆ ਜਾ ਰਿਹਾ ਕਿ ਪਰਸ ਦੇ ਵਿੱਚ ਕੀਮਤੀ ਜਿਹੜੇ ਸਮਾਨ ਸੀ ਉਹ ਵੀ ਖੋਇਆ ਗਿਆ ਅਤੇ ਲੁੱਟਖੋ ਕਰਕੇ ਫਰਾਰ ਹੋ ਗਏ। ਤਸਵੀਰਾਂ ਲੁਧਿਆਣਾ ਦੇ ਡਿਵੀਜ਼ਨ ਨੰਬਰ 7 ਦੀਆਂ। ਦੇਰ ਰਾਤ ਪੰਜਾਬ ਪੁਲਿਸ ਦੇ ਰਿਟਾਇਰ ਏਐਸਆਈ ਨੂੰ ਬਦਮਾਸ਼ਾਂ ਨੇ ਘੇਰ ਕੇ ਲੁੱਟਿਆ। ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਏਐਸਆਈ ਦਾ ਪੰਜਾਬ ਪੁਲਿਸ ਦਾ ਜਿਹੜਾ ਕਾਰਡ ਸੀ ਉਹ ਵੀ ਖੋਹ ਲਿੱਤਾ ਗਿਆ ਅਤੇ ਉਹਦੇ ਨਾਲ ਨਾਲ ਲੁੱਟਖੋ ਕੀਤੀ ਗਈ। ਘਟਨਾ ਜਿਹੜੀ ਹੈ ਲੁਧਿਆਣਾ ਦੇ ਡਿਵੀਜ਼ਨ ਨੰਬਰ 7 ਥਾਣੇ ਦੀ ਹੈ ਜਿਹੜੀ ਹੈ ਦੱਸੀ ਜਾ ਰਹੀ ਹੈ, ਅਤੇ ਇਹਦੇ ਵਿੱਚ ਜਿਹੜੇ SHO ਆ ਅਤੇ ਉਹਨਾਂ ਦਾ ਕਹਿਣਾ ਹੈ ਕਿ ਜਲਦ ਆਰੋਪੀਆਂ ਨੂੰ ਗ੍ਰਿਫਤਾਰ ਹੈ ਜਿਹੜਾ ਕਰ ਲਿੱਤਾ ਜਾਏਗਾ। ਕੈਮਰਾਮੈਨ ਹਰਜੀਤ ਸਿੰਘ ਕਾਕਾ ਦੇ ਨਾਲ ਸੌਰਵ ਅਰੋੜਾ ਰਿਪੋਰਟ। ਧੰਨਵਾਦ। ਆਪਣੇ ਏਐਸਆਈ ਰਿਟਾਇਰ ਸੁਣਾ ਪੁਲਿਸ ਡਿਪਾਰਟਮੈਂਟ ਦੇ ਵਿੱਚੋਂ, ਇਹ ਕਿਤੇ ਅੰਮ੍ਰਿਤਸਰ ਗਏ ਹੋ, ਉੱਥੋਂ ਵਾਪਸ ਆਉਂਦਿਆਂ ਕੋਈ ਲੇਟ ਹੋ ਗਿਆ ਅਤੇ 32 ਸੈਕਟਰ ਲੰਘ ਰਹੇ ਸਨ, ਆਪਣੇ ਸਕੂਟਰ 'ਤੇ ਘਰ ਨੂੰ ਜਾ ਰਹੇ ਸਨ। ਰਾਤ ਕੋਈ 1:30 ਵਜੇ ਦਾ ਟਾਈਮ ਸੀ, ਇਹ ਕਹਿੰਦੇ ਵੀ ਸਾਨੂੰ ਕੋਈ ਮੋਟਰਸਾਈਕਲ ਸਵਾਰ ਸਨ 3, ਉਹਨਾਂ ਨੇ ਘੇਰ ਕੇ ਅਤੇ ਇੱਕ ਮੋਬਾਈਲ ਫੋਨ ਅਤੇ ਪਰਸ ਜਿਹਦੇ ਵਿੱਚ ਕਰੀਬ 4,000 ਰੁਪਈਆ ਸੀ ਉਹ ਖੋ ਲਿਆ। ਜਿਸ ਸੰਬੰਧੀ ਹੈ FIR 292 ਦਰਜ ਹੋ ਗਈ ਹੈ, ਹੁਣ ਤਲਾਸ਼ ਕਰਦੇ ਹਾਂ ਦੋਸ਼ੀਆਂ ਦੀ। ਮੈਡੀਕਲ ਵਗੈਰਾ ਨਹੀਂ ਉਹਨਾਂ ਕਰਾਇਆ, ਨਹੀਂ ਇਹੋ ਜਿਹੀ ਕੋਈ, ਉਹ ਤਾਂ ਕਹਿੰਦੇ ਕੁੱਟਮਾਰ ਹੋਈ ਹੈ ਪਰ ਕੋਈ ਮੈਡੀਕਲ ਵਗੈਰਾ ਨਹੀਂ। ਅਤੇ ਬਾਕੀ ਇਹ ਰਿਟਾਇਰ ਹੋ ਗਏ, ਹਾਂ 2 ਮਹੀਨੇ ਹੋ ਗਏ ਮੇਰੇ ਖਿਆਲ ਰਿਟਾਇਰ ਹੋ ਗਏ। ਹਲਵਿੰਦਰ ਸਿੰਘ ਸਾਹਿਬ।